ਵਾਹਿਗੁਰੂ पल्ले अमरदास गुण तेरे पल्ले अमरदास गुण तेरे तेरी उपमा ਸਸ ਕੇਰਣ ਉਦਰ ਸਾਦਰ ਤੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਵਾਹਿਗੁਰੂ
ਬੱਚੇ ਨੇ ਪ੍ਰਮਾਣ ਚੁੱਕਦਾ ਤੇ ਸੀਨ ਅੱਗੇ ਆ ਗਿਆ ਪਸ਼ੂ ਪ੍ਰੇਤ ਮੁਗਧ ਕੋ ਧਾਰੇ ਜਿਹੜੇ ਚਾਰ ਪੰਜ ਸਿੱਖਾਂ ਦੀ ਸ਼ਰਧਾ ਨਹੀਂ ਉਹਨਾਂ ਦੀ ਡਿਊਟੀ ਲਾਈ ਜਾਓ ਬਈ ਅਮਰਦਾਸ ਜੀ ਨੂੰ ਖੰਡੂਰ ਤੋਂ ਗੋਇੰਦਵਾਲ ਸਾਹਿਬ ਛੱਡ ਆਓ ਤੇ ਲੀਲਾ ਰਚਾਤੀ ਗੁਰੂ ਅੰਗਦ ਸਾਹਿਬ ਨੇ ਕੀ ਰਸਤੇ ਵਿੱਚ ਗੁਰੂ ਅਮਰਦਾਸ ਜਾ ਰਹੇ ਨੇ ਨਾਲ ਉਹ ਸਿੱਖ ਜਿਨ੍ਹਾਂ ਦੀ ਸ਼ਰਧਾ ਨਹੀਂ ਇੱਕ ਹੱਡੀ ਤੇ ਪੈਰ ਆ ਗਿਆ ਮਹਾਰਾਜ ਦਾ ਆਖੋ ਸਤਿਨਾਮ ਗੁਰੂ ਅਮਰਦਾਸ ਜੀ ਦਾ ਇੱਕ ਹੱਡੀ ਤੇ ਪੈਰ ਆ ਗਿਆ ਹੱਡੀ ਤੇ ਜਿਸ ਹੱਡੀ ਤੇ ਪੈਰ ਆਇਆ ਸਾਧ ਸੰਗਤ ਜੀ ਉਹ ਆਤਮਾ ਜੈ ਜੈਕਾਰ ਕਰਦੀ ਦਰਗਾਹ ਨੂੰ ਜਾ ਰਹੀ ਉਹ ਚਾਰੇ ਪੰਜੇ ਸਿੱਖ ਪੁੱਛਦੇ ਤੂੰ ਕੌਣ ਹੈ ਜੈ ਜੈਕਾਰ ਕਰਦਿਆਂ ਦਰਗਾਹ ਨੂੰ ਜਾ ਰਹੀ ਹੈ ਉਹਨੇ ਆਖਿਆ ਮੈਂ ਪ੍ਰੇਤ ਆਤਮਾ ਮੈਂ ਇੱਕ ਬੁਰੇ ਕਰਮ ਕਰਨ ਵਾਲੀ ਆਤਮਾ ਇਤਰਾਂ ਦੇ ਮੇਰੇ ਕੋਲ ਪਾਪ ਹੋਏ ਭਟਕ ਰਹੀ ਸਾਂ ਪ੍ਰੇਤਾਂ ਵਿੱਚ ਆ ਕਿਤੇ ਕਿਰਪਾ ਹੋ ਗਈ ਹੈ ਗੁਰੂ ਅਮਰਦਾਸ ਜੀ ਦਾ ਮੇਰੀ ਹੱਡੀ ਤੇ ਪੈਰ ਚਰਨ ਆ ਗਿਆ ਤੇ ਮੇਰੀ ਮੁਕਤੀ ਹੋ ਗਈ ਮੇਰੀ ਮੁਕਤੀ ਸਤਿ ਸ੍ਰੀ ਅਕਾਲ ਇਹ ਲੀਲਾ ਰਚਾਈ ਸੀ ਗੁਰੂ ਅੰਗਦ ਸਾਹਿਬ ਨੇ ਵੀ ਇਹਨਾਂ ਚਾਰਾਂ ਪੰਜਾਂ ਨੂੰ ਅੱਜ ਪਤਾ ਲੱਗ ਜੇ ਭਾਵੇਂ ਤੁਸੀਂ ਪਹਿਲੇ ਦੇ ਆਏ ਹੋ ਗੁਰੂ ਅਮਰਦਾਸ ਜੀ ਲੇਟ ਆਏ ਨੇ ਪਰ ਗੁਰੂ ਅਮਰਦਾਸ ਇੱਥੇ ਪਹੁੰਚ ਚੁੱਕੇ ਨੇ ਇੱਕ ਹੱਡੀ ਤੇ ਵੀ ਪੈਰ ਆ ਜੇ ਉਹਦੀ ਵੀ ਮੁਕਤੀ ਹੋ ਜਾਂਦੀ ਹੈ ਆਖੋ ਸਤਨਾਮ ਗੁਰਪੂਰਾ ਪਿਟਿਓ ਵੱਡ ਭਾਗੀ ਮਨੈ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ
अपने साहिब का परवास। पशु परेत बाणी कह रही है ये हो सकता है ये स्थान भी जे जिथे वाकया होया राजस्थान भी है। पशु परेत मुगध को तारे गुरु अमरदास जी। पशु परेत मुगध को तारे पाहण पारे उतारे गुरपूरे की वड्याई गुरपूरे की वड्याई। बोलो भैणो बलिहारी गुरे अपने बलिहारी गुरे अपने देवहाड़ी सदवार जिन मानस ने जिन सबका किया उतार गुरपूरे की वड्याई गुरपूरे की वड्याई गुरपूरे नानक कुल निमल अवतरियो अंगद लेने संग हो गुरी अमरदास तारन तरण गुरी अमरदास तारन तरण जन्म जन्म पा शरण तो जन्म जन्म पा शरण तो आप प्यार करो गुरु अमरदास जी ना आप प्यार करो जेड़ा भट्टा ने कीता ये केड़ा प्यार है। एक प्यार हुंदा है जन्म मरण कटिया जावे इत्थे कहंदे गुरु अमरदास जी जन्म जन्म पा शरण तोए जिन्ने जन्म लवा गुरु अमरदास सच्चे पातशाह तेरी शरण मिले आखो साधा तेरी शरण तेरे गुण गावा तेरा दवाना तेरा आशक तेरी शरण मिले तेरे पूर्णिया ते चलना कह दो गज के सतना तेरे पूर्णिया ते। गुरु अमरदास जी वर्गा प्यार कोई करेगा आज जदों तुसी तुरदे हो ना एक बां अगे जांदी एक पिछे जांदी कदी तुर के वेख्यो तुसी कहो मैं दोवें बांवां इंज रख के तुरां बड़ा अजीब जिहा लगे जदों असीं तुरदे हां इंज बां एक अगे जांदी एक पिछे जांदी ये गुरु अमरदास जी का प्यार है। गुरु अंगद देव जी तो दो तीन फुट पिछे तुरदे से पिछे
ਮਹਾਰਾਜ ਜਾ ਰਹੇ ਆ, ਨਾਲ ਹੋਰ ਸਿੱਖ ਵੀ ਜਾ ਰਹੇ, ਗੁਰੂ ਅਮਰਦਾਸ ਜੀ ਵੀ ਜਾ ਰਹੇ ਆ, ਤੇ ਖਿਆਲਾਂ ਦੀ ਲੜੀ ਕਿਧਰੇ ਚਲੀ ਗਈ। ਦੋ ਤਿੰਨ ਫੁੱਟ ਪਿੱਛੇ ਰਹਿੰਦੇ ਸੀ ਤੇ ਬਰਾਬਰ ਤੇ ਆ ਗਏ, ਆਪ ਤੇ ਬਰਾਬਰ ਤੇ ਆ ਗਏ, ਪਰ ਬਾਂਹ ਜਦੋਂ ਬੰਦਾ ਤੁਰਦਾ ਨਾ, ਇੱਕ ਅੱਗੇ ਜਾਂਦੀ ਇੱਕ ਪਿੱਛੇ, ਬਾਂਹ ਅੱਗੇ ਨਿਕਲ ਗਈ। ਆਖੋ ਸਤਨਾਮ। ਇਹ ਪਿਆਰ ਜੇ ਆਪਣੇ ਕਮਰੇ ਚ ਆ ਕੇ ਗੁਰੂ ਅਮਰਦਾਸ ਕੀ ਕਹਿੰਦੇ, ਕਹਿੰਦੇ ਬਾਂਹ ਅੱਜ ਤੂੰ ਬੇਦਬੀ ਕੀਤੀ ਏ, ਅੱਜ ਗੁਰੂ ਤੋਂ ਅੱਗੇ ਲੰਘ ਗਈ। ਇਹ ਬਾਂਹ ਅੱਜ ਤੂੰ ਬੇਦਬੀ ਕੀਤੀ ਏ, ਅੱਜ ਤੂੰ ਗੁਰੂ ਤੋਂ ਅੱਗੇ ਲੰਘ ਗਈ ਏ, ਹੁਣ ਸਾਰੀ ਜ਼ਿੰਦਗੀ ਤੇਰੇ ਕੋਲੋਂ ਕੰਮ ਨਹੀਂ ਲੈ। ਆਖੋ ਸਤਨਾਮ। ਇਹ ਕਿਹੜੀ ਆਸ਼ਕੀ ਏ, ਇਹ ਕਿਹੜਾ ਪਿਆਰ ਏ, ਇਹ ਕਿਹੜਾ ਪ੍ਰੇਮ ਏ, ਕੈਸਾ ਸਤਿਗੁਰਾਂ ਦਾ ਸਤਿਕਾਰ ਏ। ਗੱਜ ਕੇ ਆਖੋ ਸਤਨਾਮ। ਇੱਕ ਬਾਂਹ ਵੀ ਅੱਗੇ ਲੰਘ ਗਈ, ਕਹਿੰਦੇ ਤੇਰੇ ਕੋਲ ਹੁਣ ਕੰਮ ਨਹੀਂ ਲੈਣਾ, ਤੂੰ ਗੁਰੂ ਅੰਗਦ ਸਾਹਿਬ ਦੀ ਬੇਦਬੀ। ਆਖੋ ਸਤਨਾਮ। ਆ ਪਿਆਰ ਕਰੋ ਗੁਰੂ ਅਮਰਦਾਸ ਜੀ ਜਿੰਨੇ ਜਨਮ ਲਈਏ, ਇਹੋ ਜਿਹਾ ਪਿਆਰ ਤੁਹਾਡੇ ਨਾਲ ਮਿਲੇ, ਇਹੋ ਜਿਹੀ ਸ਼ਰਨ ਤੁਹਾਡੀ ਮਿਲੇ। ਹਾਂਜੀ, ਦੁਬਾਰਾ ਪੰਕਤੀ ਬੋਲਿਓ। ਗੁਰੂ ਅਮਰਦਾਸ ਤਾਰਨ ਤਰਨ, ਗੁਰੂ ਅਮਰਦਾਸ, ਗੁਰੂ ਅਮਰਦਾਸ ਤਾਰਨ ਤਰਨ, ਜਨਮ ਜਨਮ ਪਾ ਸ਼ਰਨ ਤੋਏ। ਗੁਰੂ ਅਮਰਦਾਸ ਪਰਸੀਏ, ਅਪਰਸ ਰਹਿਓ, ਹੁਣ ਘੜੀ ਨਾ ਵੇਖਿਓ, ਵੈਸੇ ਲੇਟ ਨਹੀਂ ਕਰਨਾ, 2-4-5 ਮਿੰਟ 'ਚ ਸਮਾਪਤੀ, ਪਰ ਅਪਰਸ ਰਹਿਓ ਕਿ ਜੇ ਮੈਂ ਘਰੋਂ ਧਾਰ ਕੇ ਆਈ ਹਾਂ, ਚੁਪਹਿਰਾ ਪੂਰਾ ਕੱਟਣਾ, ਫਿਰ ਅਰਦਾਸ ਚੁਪਹਿਰੇ ਦੀ ਸੁਣ ਕੇ ਜਾਵਾਂ, ਮੇਰੇ ਗੁਰੂ ਅਮਰਦਾਸ ਦੇ ਰਜਿਸਟਰ 'ਤੇ ਹਾਜ਼ਰੀ ਲੱਗ ਜਾਵੇ। ਧਿਆਨ ਦੇਣਾ ਜੀ, ਗੁਰੂ ਅਮਰਦਾਸ ਪਰਸੀਏ, ਪੋਹਮ ਪਾਤਕ ਬਿਨਾਸੇ, ਗੁਰੂ ਅਮਰਦਾਸ ਪਰਸੀਏ, ਸਿੱਧ ਸਾਧਕ ਅਸਾਸੇ, ਗੁਰੂ ਅਮਰਦਾਸ ਪਰਸੀਏ, ਧਿਆਨ ਲਈਏ ਪਾਉ ਮੁਕੇ, ਗੁਰੂ ਅਮਰਦਾਸ ਪਰਸੀਏ, ਅਭਾਉ ਲੱਭੇ ਗਉ ਚੁੱਕੇ, ਸੁੱਖ ਲੱਭ ਪੈਣਗੇ ਦੁੱਖ ਚੁੱਕੇ ਜਾਣਗੇ, ਉਹਨੂੰ ਪਰਸ ਲੈ। ਗੁਰੂ ਅਮਰਦਾਸ ਪਰਸੀਏ, ਅਭਾਉ ਲੱਭੇ ਗਉ ਚੁੱਕੇ, ਗੁਰਪੂਰੇ ਕੀ ਵਡਿਆਈ, ਗੁਰਪੂਰੇ ਕੀ ਵਡਿਆਈ, ਭੈਣੋ ਗੁਰ। ਨਾਨਕ ਨਾਮ ਨਿਰੰਜਣ ਜਾਣਿਓ, ਕੀਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗ ਦੇ ਅੰਗ ਸੰਗ ਪਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀ ਕਛ ਕਈ ਨ ਜਾਈ, ਗੁਰਪੂਰੇ ਕੀ ਵਡਿਆਈ, ਗੁਰਪੂਰੇ ਕੀ ਵਡਿਆਈ, ਭੈਣੋ। ਵਾਹ ਵਾਹ। ਸਾਹਿਬ ਨਿਤਾਲਿਆਂ ਕਾ ਤਾਣ, ਜਾਈ ਫਿਰ ਸਦਾ ਜੀ ਆਏ ਨਾ ਜਾਈ ਫਿਰ ਸਦਾ
ਸ਼ਬਦੀ ਸੱਚ ਜਾਨ ਨਿਤਾਣਿਆ ਕਤਾਣ ਸਾਹਿਬ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਨਿਮਾਣਿਆਂ ਦਾ ਮਾਣ ਕੌਣ ਹੋਏ ਪ੍ਰੇਮਾ ਕੋੜੀ ਸਰੀਰ ਤੇ ਕੋੜੇ ਘਰਦਿਆਂ ਵੀ ਕੱਢਤਾ ਨਗਰ ਵਾਲਿਆਂ ਵੀ ਕੱਢਤਾ ਮੱਥੇ ਦਾ ਕਰਮ ਚੰਗਾ ਜਿਸ ਸੜਕ ਦੇ ਉੱਤੇ ਕੋੜੀ ਨੂੰ ਪਾ ਦਿੱਤਾ ਉਹ ਸੜਕ ਤੋਂ ਸੰਗਤਾਂ ਲੰਘ ਕੇ ਗੋਇੰਦਵਾਲ ਜਾਂਦੀਆਂ ਤੇ ਰਾਜ ਬੋਲਦੀਆਂ ਨਿਮਾਣਿਆਂ ਦੇ ਮਾਣ ਗੁਰੂ ਇਹਨੇ ਤਰਲੇ ਪਾਏ ਮੈਨੂੰ ਵੀ ਲੈ ਜਾਓ ਮੇਰੇ ਤੋਂ ਨਿਮਾਣਾ ਕੌਣ ਹੋਊ ਸਰੀਰ ਨੂੰ ਕੌੜ ਹੈ ਗੱਲ ਚ ਟਿੰਡ ਪਈ ਹੈ ਆ ਗਿਆ ਤਰਸ ਲੈ ਗਏ ਗੋਇੰਦਵਾਲ ਦੇ ਬੂਹੇ ਤੇ ਭਾਗਤਾ ਉਹ ਗੱਡੇ ਵਾਲਿਆਂ ਕਹਿੰਦੇ ਅਸੀਂ ਚੱਲੇ ਹਾਂ ਆ ਹੀ ਨਿਰਮਾਣਿਆਂ ਦੇ ਮਾਣ ਦਾ ਘਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਹੀ ਨਿਤਾਣਿਆਂ ਦੇ ਤਾਣ ਦਾ ਘਰ ਸੂਰਜ ਪ੍ਰਕਾਸ਼ ਲਿਖਿਆ ਗੋਇੰਦਵਾਲ ਦੇ ਬੂਹੇ ਗੁਰੂ ਅਮਰਦਾਸ ਜੀ ਦੇ ਬੂਹੇ ਤੇ ਬਹਿ ਕੇ ਇੱਕੋ ਗੱਲ ਪੜ੍ਹੀ ਜਾ ਰਿਹਾ ਹੈ ਗਿਆ ਕਸੋਟਾ ਲਬਾਸ਼ਾ ਗਿਆ ਕਸੋਟਾ ਲਬਾਸ਼ਾ ਗਿਆ ਕਸੋਟਾ ਮੇਰਾ ਗਿਆ ਕਸੋਟਾ ਜੀ ਲਬਾਸ਼ਾ ਲਬਾਸ਼ਾ ਮੇਰਾ ਗਿਆ ਕਸੋਟਾ ਜੀ ਲਬਾਸ਼ਾ ਲਬਾਸ਼ਾ ਭੈਣੋ ਮੇਰਾ ਗਿਆ ਸਿੱਖ ਕਹਿੰਦੇ ਮਹਾਰਾਜ ਬੋ ਬੜੀ ਆਉਂਦੀ ਹੈ ਸਿੱਖ ਕਹਿੰਦੇ ਮਹਾਰਾਜ ਇੱਕ ਕੋੜੀ ਆ ਗਿਆ ਮੱਖੀਆਂ ਭਿਣ ਭਿਣ ਕਰਦੀਆਂ ਆਗਿਆ ਦਿਓ ਇਹਨੂੰ ਕਿਸੇ ਗੱਡੇ ਤੇ ਪਾ ਕੇ ਦੂਰ ਛੱਡ ਆਈਏ ਗੁਰੂ ਅਮਰਦਾਸ ਜੀ ਕਹਿੰਦੇ ਬੋਲਦਾ ਕੀ ਪਿਆ ਉਹ ਕਹਿੰਦੇ ਜੀ ਆਹ ਬੋਲਦਾ ਗਿਆ ਕਸੋਟਾ ਲੱਭਾ ਸ਼ਾ ਮਹਾਰਾਜ ਕਹਿੰਦੇ ਫਿਰ ਪਤਾ ਲੱਗਿਆ ਕੀ ਬੋਲਦਾ ਪਿਆ ਜੀ ਨਹੀਂ ਕਹਿੰਦੇ ਇਹ ਕਹਿੰਦਾ ਪਿਆ ਗਿਆ ਕਸੋਟਾ ਮੇਰਾ ਹੁਣ ਕਸ਼ਟ ਚਲਾ ਜਾਣਾ ਮੈਨੂੰ ਗੁਰੂ ਨਾਨਕ ਦਾ ਘਰ ਸ਼ਾਹ ਲੱਭ ਪਿਆ ਆਖੋ ਸਤਿਨਾਮ ਵਾਹਿਗੁਰੂ ਮੈਨੂੰ ਘਰ ਲੱਭ ਪਿਆ ਸਤਿ ਸ੍ਰੀ ਅਕਾਲ ਹੁਣ ਮੇਰਾ ਕਸ਼ਟ ਚਲੇ ਜਾਣਾ ਤੁਸੀਂ ਕਹਿੰਦੇ ਹੋ ਗੱਡੇ ਤੇ ਪਾ ਕੇ ਛੱਡ ਆਈਏ ਨਹੀਂ ਭਾਈ ਵਿਸ਼ਵਾਸ ਨਾਲ ਆਇਆ ਜਿਹੜੀ ਤਲਾਈ ਵਿੱਚ ਇੱਕ ਤਲਾਈ ਹੁੰਦੀ ਜਿਹੜੀ ਰਜਾਈ ਤਲਾਈ ਇੱਕ ਤਲਾਈ ਹੁੰਦੀ ਜਿਹਦੇ ਸਤਿਗੁਰੂ ਇਸ਼ਨਾਨ ਕਰਦੇ ਸੀ ਮਹਾਰਾਜ ਕਹਿੰਦੇ ਜਿਹੜੀ ਤਲਾਈ 'ਚ ਅਸੀਂ ਇਸ਼ਨਾਨ ਕਰਦੇ ਹਾਂ ਇਹਨੂੰ ਉਹਦੇ 'ਚ ਇਸ਼ਨਾਨ ਕਰਾ ਕੇ ਨਵੇਂ ਬਸਤਰ ਪਾ ਕੇ ਦਰਬਾਰ 'ਚ ਲੈ ਕੇ ਆਏ ਹੁਣ ਮਹਾਰਾਜ ਦੀ ਤਲਾਈ ਸੀ ਇਸ਼ਨਾਨ ਵਾਲੀ ਜਦੋਂ ਇਸ਼ਨਾਨ ਕਰਾਇਆ ਤਨ ਦਾ ਕੋੜ ਰਾਜ ਸੋਹਣੇ ਬਸਤਰ ਪੁਆਏ
ਦਰਬਾਰ ਚ ਲਿਆਂਦਾ, ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਸੰਗਤ ਸੀ ਤੁਹਾਡੇ ਸਾਡੇ ਤੇ, ਜੇ ਤਨ ਦੇ ਕੋੜ ਵੱਲੋਂ ਕਿਰਪਾ ਪਰ ਅਰਦਾਸ ਕਰਕੇ ਜਾਇਓ, ਤਨ ਦੇ ਕੋੜ ਤੋਂ ਮਨ ਦਾ ਕੋੜ ਵੱਡਾ ਹੈ। ਆਖੋ ਸਤਨਾਮ ਸ੍ਰੀ ਰਾਮ। ਗੁਰੂ ਅਮਰਦਾਸ ਜੀ ਸਾਡਾ ਵੀ ਇਹ ਕੱਟ ਦੇਣ, ਮਨ ਦਾ ਕੋੜ ਕਹਿ ਦਿਓ ਗੱਜ ਕੇ ਸਤਨਾਮ। ਇਸ ਵੀਰਵਾਰ ਜਿਹੜੇ ਅੰਮ੍ਰਿਤਸਰ ਦੀਵਾਨ ਲੱਗੇ ਸੀ ਤੇ ਮਾਤਾ ਸਾਹਿਬ ਕੌਰ ਦਾ ਜ਼ਿਕਰ ਹੋਇਆ ਸੀ, ਮਾਤਾ ਸਾਹਿਬ ਕੌਰ ਦੇ ਪੰਜ ਗੁਣ ਇਤਿਹਾਸਕਾਰਾਂ ਨੇ ਲਿਖੇ ਆ, ਪੰਜ ਗੁਣ ਬੀਬੀਓ ਸੁਣਿਓ। ਮਾਤਾ ਸਾਹਿਬ ਕੌਰ ਦਾ ਪਹਿਲਾ ਗੁਣ ਸੀ, ਉਹਨਾਂ ਦਾ ਸੁਭਾਅ ਦਾ ਪਹਿਲਾ ਗੁਣ ਸੀ ਸੰਜਮੀ ਸੁਭਾਅ ਸੀ। ਆਖੋ ਸਤਿਨਾਮ, ਸੰਜਮ 'ਚ ਰਹਿਣ। ਇਹ ਛੋਟੀ ਉਮਰ ਦੀ ਗੱਲ ਕਰ ਰਿਹਾ, ਮਾਤਾ ਸਾਹਿਬ ਕੌਰ ਸੁਭਾਅ ਸੰਜਮ ਵਾਲਾ ਸੁਭਾਅ, ਆਪਾ ਲਓ ਸਾਰੇ ਝਾਤੀ ਕਿਰਪਾ। ਸੰਜਮ ਵਾਲਾ ਸੁਭਾਅ ਪਤਾ ਕੀ ਹੁੰਦਾ? ਆਹਾ ਹਾ, ਸੰਜਮ ਆ ਗਿਆ, ਪਕੜ ਨਹੀਂ ਰਹੀ। ਇੱਕ ਹੁੰਦਾ ਹੈ ਸੁਭਾਅ ਵਿੱਚ ਸੰਜਮ ਨਹੀਂ, ਲੋਭ ਹੈ। ਆਖੋ ਸਤਿਨਾਮ, ਇਹ ਵੀ ਕੋੜ ਹੈ। ਕਿਸੇ ਨੂੰ ਨਾ ਪਤਾ ਲੱਗਾ ਹੋਵੇ, ਤੁਸੀਂ ਨਾਂ ਸੁਣਿਆ ਛੇਵੇਂ ਪਾਤਸ਼ਾਹ ਵੇਲੇ ਭਾਈ ਗੜੀਆ, ਉਹਨਾਂ ਨੂੰ ਮਹਾਰਾਜ ਨੇ ਕਸ਼ਮੀਰ ਸ਼੍ਰੀਨਗਰ ਭੇਜਿਆ ਸੀ ਇਸ ਇਲਾਕੇ ਵੱਲ ਪ੍ਰਚਾਰ ਲਈ, ਅਤੇ ਜਿੰਨੀ ਭੇਟਾ ਸੰਗਤ ਵੱਲੋਂ ਆਉਂਦੀ ਸੀ ਅਤੇ ਕਿਸੇ ਦਾ ਖੂਹ ਲਵਾਤਾ, ਕਿਸੇ ਦਾ ਕੋਈ ਕਾਰਜ ਲੋੜਵੰਦਾਂ 'ਚ, ਸਿੱਖਾਂ ਸ਼ਿਕਾਇਤ ਵੀ ਲਾਈ ਸੀ ਮਹਾਰਾਜ ਉਹਦਾ ਦਸਵੰਦ ਨਹੀਂ ਆਉਂਦਾ, ਅਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤੁਹਾਡੇ ਤੋਂ ਪਹਿਲਾਂ ਹੀ ਆ ਜਾਂਦਾ। ਆਖੋ ਸਤਿਨਾਮ, ਉਹ ਲੋੜਵੰਦਾਂ ਹੀ ਲਾ ਦਿੰਦਾ। ਸ਼ਾਹ ਦੌਲਾ ਫਕੀਰ, ਉਹਨੇ ਰੇਸ਼ਮੀ ਚੋਲਾ ਦਿੱਤਾ ਭਾਈ ਗੜੀਆ ਜੀ ਦਾ, ਆਪਣਾ ਕੁੜਤਾ ਥੋੜ੍ਹਾ ਬਿਰਸ, ਉਹਨੇ ਰੇਸ਼ਮੀ ਚੋਲਾ ਦਿੱਤਾ ਭਾਈ ਗੜੀਆ ਜੀ ਨੇ ਪਹਿਨ ਲਿਆ ਉਹਦਾ ਮਨ ਰੱਖਣ ਲਈ। ਘੰਟਾ ਕੁ ਪਾਇਆ ਆ ਸੰਜਮ ਜੇ, ਘੰਟਾ ਕੁ ਪਾਇਆ ਰੇਸ਼ਮੀ ਚੋਲਾ ਤੇ ਇੱਕ ਸਰੀਰ ਆ ਗਿਆ, ਕਹਿੰਦਾ ਭਾਈ ਗੜੀਆ ਜੀ ਚਾਰ ਦਿਨਾਂ ਨੂੰ ਮੇਰੀ ਧੀ ਦਾ ਵਿਆਹ ਹੈ, ਮੇਰੀ ਕੋਈ ਮਦਦ ਕਰੋ। ਭਾਈ ਗੜੀਆ ਕਹਿੰਦੇ ਵੀ ਜੋ ਸੰਗਤ ਲਿਆਈ ਸੀ ਉਹ ਵੰਡਿਆ ਗਿਆ, ਕੁਝ ਆ ਜਾਏਗਾ ਤਾਂ ਤੂੰ ਲੈ ਜੀ। ਆਖੋ ਸਾਥਾਂ, ਕੁਝ ਆ ਜਾਏਗਾ ਤੂੰ ਲੈ ਜੀ। ਉਹਨੇ ਘੰਟਾ ਉਡੀਕਿਆ, ਦੋ ਘੰਟੇ ਉਡੀਕੇ, ਹੁਣ ਰੱਬ ਵੱਲੋਂ ਵਿਧ ਕੋਈ ਆਇਆ ਹੀ ਨਾ। ਉਹ ਫਿਰ ਕਹਿੰਦਾ ਜੀ ਮੈਨੂੰ ਤਾਂ ਕੱਲ ਹੀ, ਮੈਂ ਦੂਰੋਂ ਆਇਆ, ਚਾਰ ਦਿਨ ਨੂੰ ਵਿਆਹ ਹੈ, ਕੁਝ ਤਾਂ ਦਿਓ। ਉਹ ਕਹਿੰਦੇ ਕੋਈ ਆਵੇ ਤੇ ਲੈ ਜੀ, ਜੋ ਆਇਆ ਵੰਡਿਆ ਗਿਆ। ਉਹਨੇ ਘੰਟਾ ਘੋਰ ਉਡੀਕਿਆ, ਕੋਈ ਨਾ ਆਇਆ। ਕਹਿੰਦਾ ਜੀ ਮੈਂ ਦੂਰੋਂ ਬੜੀ ਆਇਆ ਜਾਣਾ, ਕੁਝ ਤੇ ਦਿਓ, ਧੀ ਦਾ ਵਿਆਹ ਹੈ ਚੌਥੇ ਦਿਨ। ਉਹ ਕਹਿੰਦੇ ਕੋਈ ਆ ਜਾਏਗਾ ਤੇ ਲੈ ਜੀ। ਕਹਿੰਦਾ ਜੀ ਮੈਂ ਫਿਰ ਜਾਣਾ ਤੇ ਤੁਸੀਂ ਇੱਕ ਕੰਮ ਕਰੋ, ਆਹ ਜਿਹੜਾ ਰੇਸ਼ਮੀ ਚੋਲਾ ਪਾਇਆ ਨਾ ਇਹੋ ਹੀ ਦੇ ਦਿਓ ਮੈਨੂੰ। ਆਖੋ ਸਾਥ, ਉਹ ਕਹਿੰਦਾ ਜਿਹੜਾ ਚੋਲਾ ਪਾਇਆ ਨਾ ਰੇਸ਼ਮੀ ਚਮਕਦਾ ਪਿਆ, ਇਹੋ ਹੀ ਦੇ ਦਿਓ ਵੀ ਮੈਂ ਕੁੜੀ ਦਾ ਪਿਓ ਵਾਂ, ਮੇਰੀ ਕੁੜੀ ਦਾ ਵਿਆਹ ਹੈ, ਜੇ ਹੁਣ ਹੋਰ ਕੁਝ ਨਹੀਂ ਆਇਆ ਅਜੇ ਤੇ ਚਲੋ ਮੇਰਾ ਇਹੋ ਹੀ ਖਰਚਾ ਬਚ ਜਾਏਗਾ ਜਿਹੜਾ ਮੈਂ ਆਪ ਚੋਲਾ ਸਵਾਣਾ। ਵਧੀਆ, ਆਹ ਕਿੱਡਾ ਸੋਹਣਾ ਰੇਸ਼ਮੀ, ਆਹੋ ਹੀ ਦੇ ਦਿਓ। ਭਾਈ ਗੜੀਆ ਜੀ ਨੇ ਚੋਲਾ ਲਾਇਆ, ਉਹਨੂੰ ਦੇ ਦਿੱਤਾ। ਇਹ ਸੰਜਮ ਜੇ ਧਿਆਨ ਦੇਣਾ, ਸੰਜਮੀ ਸੁਭਾਅ ਕੀ ਹੁੰਦਾ, ਆ ਸੰਜਮ ਹੈ। ਚੋਲਾ ਲਾਇਆ ਦੇ ਦਿੱਤਾ, ਹੁਣ ਜਿਹਨੇ ਦਿੱਤਾ ਸੀ ਉਹਨੇ ਗੁੱਸਾ ਕੀਤਾ। ਸ਼ਾਹ ਦੌਲਾ ਫਕੀਰ ਕਹਿੰਦਾ ਜੀ ਮੈਂ ਐਡੇ ਚਾਅ ਨਾਲ ਰੇਸ਼ਮੀ ਚੋਲਾ ਤੁਹਾਨੂੰ ਦਿੱਤਾ, ਤੁਸੀਂ ਅੱਗੋਂ ਦੇ ਦਿੱਤਾ ਲੋੜਵੰਦ ਨੂੰ।
ਭਾਈ ਗੜੀਆ ਕਹਿੰਦੇ ਤੂੰ ਨਾਰਾਜ਼ ਕਿਉਂ ਹੋ ਗਏ, ਤੈਨੂੰ ਤਾਂ ਡਬਲ ਖੁਸ਼ੀ ਮਿਲੀ ਹੈ। ਕਹਿੰਦੇ ਜੀ ਉਹ ਕਿਵੇਂ? ਭਾਈ ਗੜੀਆ ਕਹਿੰਦੇ ਤੂੰ ਮੈਨੂੰ ਚੋਲਾ ਦਿੱਤਾ ਰੇਸ਼ਮੀ, ਮੇਰੀ ਖੁਸ਼ੀ ਮਿਲੀ, ਜਿਹਨੂੰ ਮੈਂ ਅੱਗੋਂ ਦਿੱਤਾ ਉਹਦੀ ਖੁਸ਼ੀ ਵੀ ਤੈਨੂੰ ਮਿਲੀ। ਆਖੋ ਸਤਨਾਮ, ਉਹਦੀ ਖੁਸ਼ੀ ਵੀ ਤੈਨੂੰ ਮਿਲੀ, ਤੈਨੂੰ ਤਾਂ ਡਬਲ ਖੁਸ਼ੀ ਮਿਲੀ। ਇਸ਼ਾਰਾ ਲੈਣਾ, ਜਿਹਨੇ ਚੋਲਾ ਦਿੱਤਾ ਉਹ ਕਹਿਣ ਲੱਗਾ ਤੁਹਾਡਾ ਦਿਲ ਨਹੀਂ ਕੀਤਾ ਮੈਂ ਪਾਵਾਂ। ਭਾਈ ਗੜੀਆ ਕਹਿੰਦੇ ਸ਼ਾਹ ਦੋਲਾ ਮੇਰੇ ਨਾਲੋਂ ਜ਼ਿਆਦਾ ਉਹਨੂੰ ਜ਼ਰੂਰਤ ਸੀ। ਆਖੋ ਸਤਨਾਮ, ਇਹਨੂੰ ਕਹਿੰਦੇ ਸੰਜਮੀ ਸੁਭਾਅ। ਅਜੇ ਵੀ ਨਾ ਪਤਾ ਲੱਗਾ ਹੋਵੇ ਗੁਰੂ ਤੇਗ ਬਹਾਦਰ ਜੀ ਨੂੰ ਮਾਤਾ ਨਾਨਕੀ ਜੀ, ਗੁਰੂ ਸਾਹਿਬ ਦੇ ਮਾਤਾ ਜੀ, ਕੋਈ ਵਧੀਆ ਲੋਈ ਦੇ ਦੇਣ, ਵਧੀਆ ਬਸਤਰ ਪਵਾ ਦੇਣ, ਜਰਾ ਜਾਂ ਕਿਸੇ ਨੂੰ ਨੰਗਾ ਵੇਖ ਲੈਂਦੇ ਸੀ, ਲੋੜਵੰਦ ਵੇਖ ਲੈਂਦੇ ਸੀ, ਆਪਣੇ ਬਸਤਰ ਗੁਰੂ ਤੇਗ ਬਹਾਦਰ ਉਹਨੂੰ ਦੇ ਦਿੰਦੇ ਸੀ। ਆਖੋ ਸਤਨਾਮ, ਇਹ ਹੈ ਸੰਜਮੀ। ਇੱਕ ਹੈ ਬੀਬੀਓ ਢੇਰੀ ਤੇ ਢੇਰੀ ਲਾਈ ਜਾਣੀ। ਆਖੋ ਸਤਨਾਮ, ਇਸ਼ਾਰਾ ਲੈਣਾ ਤੁਹਾਡੇ ਘਰ 100 ਸੂਟ ਪਿਆ, ਲੋਭ ਤਾਂ ਵੀ ਨਹੀਂ ਗਿਆ, ਗੱਜ ਕੇ ਆਖੋ ਸਤਨਾਮ। ਢੇਰੀ ਤੇ ਢੇਰੀ ਲਾਈ ਜਾਣੀ, ਇਹ ਮਨ ਦਾ ਕੋੜ ਹੈ। ਮਾਤਾ ਸਾਹਿਬ ਕੌਰ ਦੀਆਂ ਧੀਆਂ ਜੇ, ਮਾਤਾ ਸਾਹਿਬ ਕੌਰ ਦੇ ਪੁੱਤਰ ਜੇ, ਮਾਤਾ ਜੀ ਦੇ ਪੰਜ ਗੁਣ ਮੈਂ ਪੜ੍ਹੇ, ਪ੍ਰਿੰਸੀਪਲ ਸੁਖਬੀਰ ਸਿੰਘ ਦੀ ਬੇਟੀ ਨੇ ਕਿਤਾਬਾਂ, ਹੋਰ ਸਾਹਿਤਰਾਂ ਨੇ ਕਿਤਾਬਾਂ, ਮੇਰਾ ਦਿਲ ਕਰਦਾ ਵੀ ਉਹ ਕੁਦਰਤੀ ਗੱਲ ਛਿੜ ਪਈ। ਆ ਪਹਿਲਾ ਸੁਭਾਅ ਸੀ ਸੰਜਮੀ ਸੁਭਾਅ, ਇਹ ਲਿਆਈਏ। ਲੋਭ ਦਾ ਪਕੜ ਦਾ ਤਿਆਗ ਵੰਡ ਕੇ ਖੁਸ਼ ਹੋਈ। ਮਾਤਾ ਸਾਹਿਬ ਕੌਰ ਜੀ ਦਾ ਮੈਂ ਦੂਜਾ ਸੁਭਾਅ ਪੜ੍ਹਿਆ, ਹੰਸੂ ਹੰਸੂ ਚਿਹਰਾ, ਆਹ ਲਿਖਿਆ ਹੋਇਆ ਜੀ। ਆਖੋ ਸਤਨਾਮ, ਉਹਨਾਂ ਦਾ ਸੁਭਾਅ ਸੀ ਹੰਸੂ ਹੰਸੂ ਚਿਹਰਾ, ਜਿਹਨੂੰ ਮਿਲਣਾ ਇੰਜ ਹੱਸਦੇ ਹੋਏ ਚਿਹਰੇ ਨਾਲ ਮਿਲਣਾ, ਇਹ ਵੀ ਇੱਕ ਗੁਣ ਹੈ। ਕਈ ਬੰਦੇ ਸੜੇ ਰਹਿਣਾ, ਕਲਪੇ ਰਹਿਣਾ, ਇਹ ਵੀ ਮਨ ਦਾ ਕੋੜ ਹੈ। ਆਖੋ ਸਤਨਾਮ, ਜਿੰਨੀਆਂ ਨੂੰਹਾਂ ਬੈਠੀਆਂ ਜੇ, ਸੱਸਾਂ ਬੈਠੀਆਂ ਜੇ, ਭੈਣਾਂ ਬੈਠੀਆਂ ਜੇ, ਤੁਸੀਂ 7-8 ਘੰਟੇ ਦਾ ਸਫ਼ਰ ਕਰਕੇ ਕਿਧਰੇ ਦਿਹਾੜੀ ਕੋਈ ਕਾਰਜ ਕਰਕੇ ਘਰ ਆਈਆਂ ਜੇ, ਅਤੇ ਹੁਣ ਆ ਕੇ ਨੂੰਹ ਨੇ ਬਈ ਸੱਸ ਨੂੰ ਫਤਿਹ ਬੁਲਾਈਏ, ਸੱਸ ਨੇ ਅੱਗੋਂ ਸਮਾਈਲ ਨਹੀਂ ਦਿੱਤੀ, ਖੁਸ਼ੀ ਨਹੀਂ ਦਿੱਤੀ, ਮਾੜਾ ਮੂੰਹ ਪਾਸੇ ਕਰ ਲਿਆ, ਇਹ ਕੋੜ ਹੈ। ਆਖੋ ਸਤਨਾਮ, ਕਿਸੇ ਨੂੰ ਸਮਾਈਲ ਦੇ ਦੇਣੀ ਇੱਕ ਸਕਿੰਟ ਲਈ, ਇਹ ਵੀ ਇੱਕ ਗੁਣ ਹੈ। ਗੱਜ ਕੇ ਆਖੋ ਸਤਨਾਮ, ਸਮਾਈਲ ਹੀ ਕਹਿੰਦੇ ਨਾ ਅੰਗਰੇਜ਼ੀ। ਇਸ਼ਾਰਾ ਲੈਣਾ, ਇਹ ਬੜੇ ਵੱਡੇ ਗੁਣ ਨੇ, ਮੈਨੂੰ ਬੜੇ ਨੇ ਦਾਸ ਨੇ ਮਤਲਬ ਖਿੱਚਿਆ ਹੈ। ਇੱਕ ਮਾੜੀ ਜਿਹੀ ਮੁਸਕਰਾਹਟ ਕਿਸੇ ਨੂੰ ਦਿੰਦੇ ਹੋ, ਇਹ ਵੀ ਇੱਕ ਮਾਤਾ ਸਾਹਿਬ ਕੌਰ ਜੀ ਦਾ ਗੁਣ ਹੈ। ਆਖੋ ਸਤਨਾਮ, ਵੈਰਾਗ ਚ ਵੀ ਰਹਿਣਾ, ਸੀਰੀਅਸ ਵੀ ਰਹਿਣਾ, ਪਰ ਇਹੋ ਜਿਹਾ ਵੈਰਾਗ ਤੇ ਸੀਰੀਅਸ ਨਾ ਰਹੀ ਜਿਹਦੇ ਵਿੱਚ ਲੋਕ ਕਹਿਣ ਇਹਦਾ ਸੁਭਾਅ ਸੜਿਆ ਹੋਇਆ। ਆ ਮਾਤਾ ਜੀ ਦਾ ਦੂਜਾ ਗੁਣ ਸੀ ਹੰਸੂ ਹੰਸੂ ਚਿਹਰਾ, ਤੇ ਤੀਜਾ ਲਿਖਿਆ ਜੀ ਮਿਲਾਪੜਾ ਸੁਭਾਅ। ਮਾਤਾ ਸਾਹਿਬ ਕੌਰ ਜੀ ਮਿਲਾਪੜਾ ਸੁਭਾਸ ਬਹੁਤ ਹਰਕ ਦੇ ਨਾਲ ਮਿਕਸਅਪ, ਮਿਲਾਪੜਾ ਸੁਭਾਅ। ਇਹ ਤਕਰੀਬਨ 13-14 ਸਾਲ ਦੀ ਉਮਰ ਦਾ ਉਹਨਾਂ ਦਾ ਸੁਭਾਅ ਰਾਈਟਰਾਂ ਨੇ ਲਿਖਿਆ। ਮਾਤਾ ਜੀ, ਮਾਤਾ ਸਾਹਿਬ ਕੌਰ ਜੀ, ਤੀਜਾ ਗੁਣ ਮਿਲਾਪੜਾ ਸੁਭਾਅ, ਚੌਥਾ ਲਿਖਿਆ ਮਾਤਾ ਸਾਹਿਬ ਕੌਰ ਜੀ ਦਾ ਸੁਭਾਅ ਖਿਮਾ ਵਾਲਾ ਸੁਭਾਅ। ਆਖੋ ਸਤਨਾਮ, ਕਿਸੇ ਨੂੰ ਖਿਮਾ ਕਰਨ ਵਾਲਾ, ਗੱਜ ਕੇ ਆਖੋ ਸਤਨਾਮ। ਸੰਗਤ ਜੀ, ਆ ਲੋੜ ਹੈ ਪ੍ਰਚਾਰ ਦੀ,
फलाने वेले जी मेरी मनी नहीं गई, बस हुण इहदे नाल काटा। ये समझ लो कोड़े कोड़ मन दा कोड़े खिमा कर देना। गुरमत दा सुभाअ अकोसा, जहां खिमा तैं आप, जिते खिमा दा सुभाअ कहिंदे रब कहिंदा मैं आप आ उत्ते। जहां लोभ तैं काल है, जहां झूठ तैं पाल, जिथे खिमे कहते जहां खिमा तैं आप आखो सतनाम। पूरी पंक्ति है, जहां ज्ञान तैं धर्म है, जहां झूठ तैं पाप, जहां लोभ तैं काल है, जहां खिमा तैं आप आखो सतनाम। आ चौथा सुभा सी माता साहिब कौर जी का, खिमा वाला सुभा गज के आखो सतनाम। अज इथों गुरु अमरदास जी ने, मैनू नहीं पता सी इधर विशा चुर पैना, जिमें जिमें प्रमाण दई जाते हैं तिवें तिवें गुरु अमरदास जी बुलाई जाते, उन्हें प्रमाण चुकता साहब ने ताणिया का ताण आखो सतनाम। उतों फिर आ प्रेमे कौड़ी की गल अगे आ गया है जी। अज जिन्हां संगतां गुरु अमरदास जी के चरणों चो गुण लैके जा के साडे घर विच गुआंढ विच रिश्तेदारी विच कोई साडे नाल गलती भी कर लेगा, ज्यादती भी कर लेगा, असी इहो जिहा सुभा नहीं रखना कि इहदे नाल पक्का काटा, इहनू बुलाउणा ही नहीं, इहदे वर्गा भैड़ा ही कोई नहीं, खिमा वाला सुभा रखना। कह दिओ गज के सतनाम। मैं महाराज की हजूरी च कह रहा जे, जेड़ा किसे नू खिमा नहीं करता मैं कहना रब उन्हूं भी खिमा नहीं देता। आखो सतनाम। किसे फकीर ने कहा सी अल्लाह नू, अल्लाह फलाना बंदा मैनू बड़ा दुखी करता, ओदा मैं किन्ना चिर लिहाज करी जावां। किसे फकीर ने कहा अल्लाह फलाना बंदा बड़ा दुखी करता है, उहदा किन्ना चिर लिहाज करी जावां। अल्लाह ने आवाज दित्ती कहिंदे जब तक मैं तेरा लिहाज करी जाना तद तक तू अगे करी। आखो सतनाम। फलाना बंदा बड़ा दुखी करता, उहनू कदों तक माफ करी जावां। अल्लाह कहिंदा जब तक तैनू मैं माफ करी जाना तद तक तू अगों करी जा। गज के कह दिओ सतनाम। जिहड़ा किसे ते खिमा उहदे ते अल्लाह भी खिमा, गुरु भी। पंजवां सुभा लिखे राइटर ने माता साहिब कौर जी का, बंदगी दी मूरत सन आखो सतनाम। चौंकड़ा मारन वाली बंदगी दी मूरत। ये मैं ता माड़ी गल कही, प्रेमा कौड़ी उहनू तन दा कौड़ सी, असी चैक करिए कितने मन दा कौड़ ना लगा। गुरु अमरदास जी तुसी दोवें ही कटदे हो नताणिया दे तां। हुण समाप्ति करन लगे हां जी। उहनू दरबार च लिआंदा, गुरु साहिब की तलाई च इशनान कराया, तन का कोड़ चिट्टे वस्त्र पुआए, दरबार च लिआंदा, दर्शन कीते, मन का कोड़ चला गया। महाराज हुण छड्डो, हुण तन का कोड़ भी राजी हो गया, तां मन का भी हुण बस करो, इन्ने तुसी निमाणिया ते माणो। गुरु अमरदास जी पता की कहिंदे, भरी संगत विच कहिंदे असी इहदा नाम बदलाउणा है। महाराज की ना रखना? कहिंदे रब दे नां ते इहदा नां रखना, इहनू कोई कौड़ी कवे ही ना। महाराज ने नां रख्या मुरारी। आखो सतनाम। मुरारी रब दे नां नू मुखाता। महाराज हुण बस करो, इन्हें न माणिया ते माणे, तन दा रोग चला गया ते मन दा रोग चला गया, सोहणे पत्र पवाते, नां बदलाता। महाराज कहिंदे नहीं, कोई सिख उठो अपनी धी का साग दिओ, असी इहदा आनंद पड़ाउणा है। कह दिओ गज के सतनाम। ओ लड़की का नाम आया मत्थो, जिहदा महाराज ने आनंद पढ़ाया। मैं शॉर्ट जिहा ही कर रहा, जदों आनंद पढ़ाया, महाराज हुण बस करो, इन इन माणिया दे माण, तुसीं गुरु अमरदास जिहदा तन का रोग कटता जे, मन का रोग कटता जे, नाम बदलाता जे, वस्त्र पवाते जे, आनंद पढ़ाता, शादी हो गई, ब्याह हो गया, आनंद पढ़ाता जे, बस करो। महाराज कहिंदे नहीं, एक बैल लियाओ, एक झंडा लियाओ,
ਜੋ ਉਸ ਵੇਲੇ ਮਰਿਆਦਾ ਸੀ ਮਹਾਰਾਜ ਨੇ ਬੈਲ ਝੰਡਾ ਤੇ ਇੱਕ ਦੀ ਹੋਰ ਚੀਜ਼ ਮੈਨੂੰ ਵਿਸਰ ਗਈ ਹੈ ਇਹ ਨਗਾਰਾ ਇਹ ਚੀਜ਼ਾਂ ਮੰਗਾ ਕੇ ਕੀ ਕਹਿੰਦੇ ਆ ਮੁਰਾਰੀ ਉਹਦੀ ਪਤਨੀ ਜੀ ਦੀ ਆਨੰਦ ਪੜਾਇਆ ਮੱਥੋ ਕਹਿੰਦੇ ਫਲਾਣੇ ਇਲਾਕੇ ਦੀ ਗੁਰੂ ਨਾਨਕ ਦੇ ਘਰ ਦੀ ਮੰਜੀ ਤੁਹਾਨੂੰ ਦਿੰਦੇ ਆ ਅੱਜ ਤੋਂ ਬਾਅਦ ਉਹ ਇਲਾਕੇ ਤੇ ਜਾਓ ਟੁੱਟਿਆਂ ਨੂੰ ਜੋੜੋ ਤੁਹਾਡੀ ਰਸਨਾ ਤੇ ਗੁਰੂ ਨਾਨਕ ਵਸੇਗਾ ਆ ਜੇ ਨਮਾਣਿਆਂ ਦੇ ਮਾਂ ਜਕਾਰਾ ਢਿੱਲਾ ਹੈ ਤੁਹਾਡਾ ਆ ਪਿਓ ਸਾਡਾ ਆ ਦੁਬਾਰਾ ਪੰਕਤੀ ਦਿਓ ਜੀ ਸਾਹਿਬ ਨੇ ਤਾਣਿਆ ਕਰ ਸਾਹਿਬ ਨਿਤਾਣਿਆ ਕਤਾਣ ਨਿਤਾਣਿਆ ਕਤਾਣ ਆਏ ਨਾ ਜਾਈ ਥਿਰਸਦਾ ਸ਼ਬਦੀ ਸੱਚ ਐਸੀ ਲਾਲ ਵਾਹਿਗੁਰੂ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮੇਰਾ ਗੁਸਈਆ ਮੇਰਾ ਗਰੀਬ ਨਿਵਾਜ ਗੁਸਈਆ ਮੇਰਾ ਮਾਤੇ ਛਤਰ ਤਰੇ ਨਿਤਾਣਿਆ ਕਤਾਣ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰੇ ਓ ਭਗਤ ਗੋਬਿੰਦ ਕਾਏ ਰੱਖੋ ਪੈਜ ਤੁਮਾਰੀ ਹਰ ਜਿਉ ਨਿਮਾਣਿਆ ਤੂੰ ਮਾਣ ਨੱਚੀ ਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਮੈਂ ਨੀਚ ਕੀਟ ਕੋ ਰਾਜ ਸੱਥਰ ਤੇਰਾ ਲੇਖਨ ਆਲੀ ਸੱਥਰ ਤੇਰਾ ਲੇਖਨ ਆਲੀ ਪਾਓ ਤੇਰਾ ਪਕਵਾਨ ਨਾਨਕ ਸਿਫਤੀ ਰੱਤਿਆ ਆਓ ਬੈਠ ਸੁਲਤਾਨ ਜਿਸ ਨੀਚ ਕੋ ਕੋਈ ਨਾ ਜਾਣੇ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤਿਓ ਚੌਂਕੁੰਟ ਮਾਨੇ ਨਿਤਾਣਿਆ ਕਾ ਤਾਣ ਸਾਰ ਸੰਭਾਲੇ ਦੋ ਮਿੰਟ ਸਮਾਪਤੀ ਹੈ ਜੀ ਬਸ ਦੋ ਮਿੰਟ ਸਾਰ ਸੰਭਾਲੇ ਮੇਰੇ ਵੀ ਵਸ ਨਹੀਂ ਉਹ ਸਾਰੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗੱਲ ਲਾਵੇ ਬੇਅੰਤ ਗੁਣ ਤੇਰੇ ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਰਾ ਚਰਣ ਤੂੜ ਵਡ ਪਾਕੀ ਪਾਵਾਰਾਮ ਸਾਹਿਬ ਨਿਤਾਣਿਆ ਕਾ ਤਾਣ ਨਿਤਾਣਿਆ ਕਾ ਤਾਣ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਭੈਣੋ ਗੁਰ ਹਰ ਕੀ ਵਡਿਆਈ ਦੇਖੋ ਸੰਤੋ
ਹਰ ਕੀ ਵਡਿਆਈ ਦੇਖੋ ਸੰਤੋ ਵਾਹਿਗੁਰੂ ਹਰ ਨਿਮਾਨਿਆ ਹਰ ਨਿਮਾਨਿਆ ਮਨ ਦਿਵਾਏ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਈ ਨ ਜਾਈ ਤਾਂ ਕੀ ਕੀਮਤ ਕਈ ਨ ਤਾਂ ਕੀ ਕੀਮਤ ਕਈ ਨ ਜਾਈ ਤਾਂ ਕੀ ਕੀਮਤ ਕਈ ਨ ਜਾਈ ਭਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਵਾਹਿਗੁਰੂ ਸਾਜ ਬੰਦ ਕਰਨ ਲੱਗੇ ਆ ਸਾਰੇ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਉਪਮਾ
ਬਣ ਆਵੇ ਬਣਿਆ ਮੈਂ ਬਣਿਆ